ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਆਉਂਦੀਆਂ ਲੋਕ ਸਭਾ ਚੋਣਾਂ ਲਈ ਲੁਧਿਆਣਾ ਦੇ ਵੋਟਰਸ ਨੂੰ ਕੀ ਕਹਿ ਰਹੇ ਨੇ ਅਤੇ ਨੌਜਵਾਨਾਂ ਲਈ ਕੀ ਸੋਚ ਰਹੇ ਨੇ, ਆਓ ਉਹਨਾਂ ਤੋਂ ਹੀ ਜਾਣਦੇ ਹਾਂ। ਸ਼ਕਾਲ ਜੀ, ਸਿਮਰਜੀਤ ਜੀ, ਤੁਸੀਂ ਇੰਨੇ ਟਾਈਮ ਤੋਂ ਰਾਜਨੀਤੀ ਵਿੱਚ ਹੈਗੇ ਹੋ, ਬਹੁਤ ਕੰਮ ਕੀਤੇ ਨੇ ਲੋਕਾਂ ਦੀ ਭਲਾਈ ਲਈ, ਤੁਸੀਂ ਲੋਕਾਂ ਦੇ ਵਾਕਈ ਦਿਲਾਂ ਵਿੱਚ ਰਾਜ ਕੀਤਾ, ਤੁਹਾਨੂੰ ਲੱਗਦਾ ਹੈ ਕਿ ਅੱਜ ਜੋ ਮਾਹੌਲ ਬਣਾ ਦਿੱਤਾ ਗਿਆ ਹੈ ਉਹਨੂੰ ਵੀ ਸਾਫ਼ ਕਰਨ ਵਿੱਚ ਤੁਸੀਂ ਹੋਰ ਅਹਿਮ ਭੂਮਿਕਾ ਨਿਭਾ ਸਕਦੇ ਹੋ ਜੇ ਤੁਸੀਂ ਸੱਤਾ ਵਿੱਚ ਆਉਂਦੇ ਹੋ? ਆਵਾਜ਼ ਏ ਖਲਕ ਨਗਾੜਾ ਏ ਖੁਦਾ, ਸੰਗਤ ਦੀ ਆਵਾਜ਼ ਵਾਹਿਗੁਰੂ ਦੀ ਆਵਾਜ਼ ਹੈਗੀ ਹੈ। ਸੋ ਅੱਜ ਲੋਕਾਂ ਦੀ ਆਵਾਜ਼ ਹੈਗੀ ਆ, ਬਦਲਾਓ ਲੈ ਕੇ ਆਓ। ਇਹ ਬਦਲਾਓ ਦੇ ਵਿੱਚੋਂ ਉਹ ਐਮ ਪੀ ਜਿਹੜਾ ਪਿਛਲੇ 25 ਸਾਲ ਤੋਂ ਨਹੀਂ ਆਇਆ, ਉਹ ਐਮ ਪੀ ਜਿਹਨੇ 25 ਸਾਲ ਤੋਂ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ, ਐਮ ਪੀ ਬਹੁਤ ਵੱਡੀ ਪਾਵਰ ਹੈ ਡੈਮੋਕ੍ਰੇਟਿਕ ਸਿਸਟਮ ਦੇ ਅੰਦਰ, ਸੰਵਿਧਾਨਕ ਸਟੈਚਰੀ ਪੋਸਟ ਸਭ ਤੋਂ ਵੱਡੀ। ਜੇ ਮੈਂ ਕੰਪੇਅਰ ਕਰਾਂ ਐਮ ਐਲ ਏ ਅਤੇ ਐਮ ਪੀ, ਐਮ ਐਲ ਏ ਦੇ ਕੋਲ ਸੰਵਿਧਾਨਕ ਤੌਰ 'ਤੇ 5% ਪਾਵਰ, ਐਮ ਪੀ ਦੇ ਕੋਲ 100%, 95% ਦਾ ਡਿਫਰੈਂਸ। ਗੁਰੂ ਦੀ ਕਿਰਪਾ, ਸੰਗਤ ਨੇ ਐਮ ਪੀ ਬਣਾਉਣਾ। ਐਮ ਪੀ ਕੀ ਹੁੰਦਾ? ਲੋਕ ਸਭਾ ਦੇ ਅੰਦਰ ਜਾ ਕੇ ਪੰਜਾਬ ਅਤੇ ਪੰਜਾਬੀਆਂ ਦੇ ਹਕੂਕ ਦੀ ਰਾਖੀ ਕਿਵੇਂ ਕਰ ਸਕਦਾ, ਲੁਧਿਆਣਾ ਦੇ ਵੋਟਰਾਂ ਦਾ ਹਕੂਕ ਕਿਵੇਂ ਮਹਿਫੂਜ਼ ਕਰ ਸਕਦਾ, ਉਹ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼, ਉਹ ਜੁਰਤ ਅਤੇ ਦਲੇਰੀ ਗੁਰੂ ਨੇ ਬਖਸ਼ਿਸ਼ ਕੀਤੀ, ਉਹ ਜ਼ਰੂਰ ਲੁਧਿਆਣਾ ਦੇ ਵੋਟਰਾਂ ਲਈ ਵਰਤਾਂਗਾ। ਬਹੁਤ ਵਧੀਆ ਗੱਲ। ਅਸੀਂ ਬਹੁਤ ਲੋਕਾਂ ਨੂੰ ਪੁੱਛ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਇਸ ਵੇਲੇ ਕੀ ਲਹਿਰ ਚੱਲ ਰਹੀ ਹੈ? ਅੱਜ ਦਾ ਯੂਥ ਵੀ ਕੁਛ ਬਦਲਾਵ ਚਾਹੁੰਦਾ ਹੈ। ਦੋ ਰਵਾਇਤੀ ਪਾਰਟੀਆਂ ਜੋ ਹਰ ਵਾਰ ਬਾਰ ਸਾਹਮਣੇ ਆਉਂਦੀਆਂ ਨੇ ਪਰ ਰਿਜ਼ਲਟ ਕੁਝ ਨਹੀਂ ਨਿਕਲਦੇ, ਨਤੀਜੇ ਚੰਗੇ ਨਹੀਂ ਆਉਂਦੇ। ਯੂਥ ਵੀ ਬਦਲਾਵ ਚਾਹੁੰਦਾ, ਉਹਨਾਂ ਦੀ ਭਲਾਈ ਵਾਸਤੇ, ਉਹਨਾਂ ਦੀ ਸੋਚ ਨੂੰ ਸੋਚਦੇ ਹੋਏ ਤੁਸੀਂ ਕਿਸ ਤਰ੍ਹਾਂ ਨਾਲ ਅੱਗੇ ਆਪਣੇ ਪਲਾਨਸ ਬਣਾਓਗੇ? ਬਹੁਤ ਵੱਡੀ ਪੱਧਰ 'ਤੇ ਯੂਥ ਅਨਇੰਪਲੋਇਡ, ਬੇਰੁਜ਼ਗਾਰ, ਇੱਕ ਪਾਸੇ ਬੇਰੁਜ਼ਗਾਰ ਯੂਥ ਫੌਜ ਖੜ੍ਹੀ ਹੈ, ਇੱਕ ਪਾਸੇ ਨਸ਼ਾ ਵੇਚਣ ਵਾਲਿਆਂ ਦੀ ਫੌਜ ਖੜ੍ਹੀ ਹੈ। ਉਹ ਬੇਰੁਜ਼ਗਾਰ ਯੂਥ ਟੈਂਸ ਹੈਗਾ, ਤਣਾਅ ਦੇ ਵਿੱਚ ਆ, ਤਣਾਓ ਦੂਰ ਕਰਨ ਲਈ ਇੱਧਰ ਵਪਾਰੀ ਨਸ਼ੇ ਦੇ ਖੜ੍ਹੇ ਆ, ਉਹਨਾਂ ਨੂੰ ਹਾਕਾ ਮਾਰਦੇ ਆ, 5-4 ਦਿਨ ਜੇਬ ਦੇ ਵਿੱਚੋਂ ਨਸ਼ਾ ਖਰੀਦਦੇ ਆ, ਮੁੜ ਕੇ ਪੈਸੇ ਖਤਮ ਹੋ ਜਾਂਦੇ ਆ ਬੇਰੁਜ਼ਗਾਰ ਯੂਥ ਕੋਲ, ਫਿਰ ਉਹ ਸਨੈਚਿੰਗ ਲੁੱਟਾਂ ਖੋਹਾਂ 'ਤੇ ਆ ਜਾਂਦਾ। ਸੋ ਇਹ ਬਹੁਤ ਵੱਡੀ ਲਾਅ ਐਂਡ ਆਰਡਰ ਬੇਰੁਜ਼ਗਾਰੀ 'ਚੋਂ ਉਤਪੰਨ ਹੁੰਦਾ, ਨਸ਼ੇ ਦੇ ਵਿੱਚੋਂ ਉਤਪੰਨ ਹੁੰਦਾ, ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ। ਨੌਜਵਾਨਾਂ ਨੂੰ ਨੌਕਰੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਸੀਨ ਵਾਅਦਾ ਕੀਤਾ, ਹਰ ਘਰ ਨੌਕਰੀ ਪੱਕੀ, ਕੈਪਟਨ ਨੇ ਸਹੁੰ ਚੁੱਕੀ, ਕਾਰਡ ਬਣਾ ਬਣਾ ਕੇ ਭੇਜੇ। ਅੱਜ ਜਦੋਂ ਬੀਬੀ ਭੱਠਲ ਵਰਗੇ ਸੀਨੀਅਰ ਕਾਂਗਰਸ ਦੇ ਲੀਡਰਸ ਨੂੰ ਬੇਰੁਜ਼ਗਾਰ ਯੂਥ ਕੋਈ ਸਵਾਲ ਕਰਦਾ ਤਾਂ ਚਪੇੜ ਮਾਰਦੇ ਆ। ਇਹ 19 ਤਰੀਕ ਨੂੰ ਪੰਜਾਬ ਦੇ ਲੋਕ ਕਾਂਗਰਸ ਦੇ ਕਿੰਨੀਆਂ ਚੰਡਾਂ ਮਾਰਨਗੇ, ਕਿੰਨੇ ਲਫੇੜੇ ਮਾਰਨਗੇ, ਇਹ ਤੁਹਾਨੂੰ 19 ਤੋਂ ਬਾਅਦ 23 ਨੂੰ ਪਤਾ ਲੱਗੇਗਾ। ਯੂਥ ਵਾਸਤੇ ਮੈਂ ਕੀ ਕਰਾਂਗਾ, ਤੁਹਾਡਾ ਸਵਾਲ ਸੀ। ਯੂਥ ਨੂੰ ਅਸਲ ਦੇ ਵਿੱਚ ਐਨਰਜੀ ਹੈਗੀ ਆ, ਲਾਈਟ ਜਗਦੀ ਹੈ, ਐਨਰਜੀ ਹੈ, ਇਹ ਸਟੋਰ ਨਹੀਂ ਹੋ ਸਕਦੀ। ਯੂਥ ਇੱਕ ਐਨਰਜੀ ਆ, ਸਟੋਰ ਨਹੀਂ ਹੋ ਸਕਦਾ। ਯੂਥ ਨੂੰ ਸਹੀ ਤਰੀਕੇ ਦੇ ਨਾਲ ਸਵੈ ਰੁਜ਼ਗਾਰ ਕਰਨ ਵਾਸਤੇ ਜੋ ਕੇਂਦਰ ਦੇ ਅੰਦਰੋਂ ਮੈਂਬਰ ਪਾਰਲੀਮੈਂਟ ਕੋਈ ਸਕੀਮਾਂ ਲਿਆ ਕੇ ਯੂਥ ਨੂੰ ਸੈਲਫ ਇੰਪਲੋਇਮੈਂਟ ਵਾਸਤੇ ਬਹੁਤ ਵੱਡੀਆਂ ਵੱਡੀਆਂ ਯੋਜਨਾਵਾਂ ਨੇ, ਬਟ ਉਹਨਾਂ ਨੂੰ ਅਨਫੋਰਚੂਨੇਟਲੀ ਐਮ ਪੀਜ਼ ਨੇ ਲਾਗੂ ਨਹੀਂ ਕੀਤਾ। ਮਿਹਨਤ ਚਾਹੀਦੀ ਉਹਦੇ ਵਾਸਤੇ। ਸੋ ਪੋਲਿਸੀਜ਼ ਯੂਥ ਵਾਸਤੇ ਜਿਹੜੀਆਂ ਕੇਂਦਰ ਦੀਆਂ ਹੋਣਗੀਆਂ, ਗਰਾਸ ਰੂਟ ਲੈਵਲ 'ਤੇ ਹਾਰਡ ਵਰਕ ਕਰਕੇ ਲੁਧਿਆਣਾ ਦੇ ਬੇਰੁਜ਼ਗਾਰ ਯੂਥ ਲਈ ਲੈ ਕੇ ਆਵਾਂਗਾ। ਬੈਂਸ ਸਾਹਿਬ, ਬੱਚੇ, ਯੂਥ ਸਭ ਕਹਿੰਦੇ ਨੇ ਕਿ ਸਾਡੇ ਲਈ ਇੱਥੇ ਅਗਰ ਓਪਰਚੁਨਿਟੀਜ਼ ਨਹੀਂ ਹੈਗੀਆਂ ਨੇ ਤਾਂ ਅੱਗੋਂ ਕਿਵੇਂ ਪੈਦਾ ਕੀਤੀਆਂ ਜਾਣਗੀਆਂ? ਸਵਾਲ ਤਾਂ ਉਹਨਾਂ ਦਾ ਇਹ ਹੈ ਕਿ ਜਦ ਨਹੀਂ ਕੁਝ ਦਿਖਦਾ, ਬਹੁਤ ਪੜ੍ਹ ਲਿਖ ਕੇ, ਤਾਂ ਉਹ ਬਾਹਰ ਭੱਜਦੇ ਨੇ। ਲੰਬਾ ਸਮਾਂ ਪੰਜਾਬ ਦੇ ਅੰਦਰ ਟ੍ਰੈਡੀਸ਼ਨਲ ਪੋਲੀਟਿਕਸ ਰੂਲਿੰਗ ਦੇ ਵਿੱਚ ਰਹੀ, ਅਕਾਲੀ, ਬੀ ਜੇ ਪੀ ਐਂਡ ਕਾਂਗਰਸ। ਸੋ ਇਹ ਜਿਹੜਾ ਤੁਸੀਂ ਹੁਣ ਸਵਾਲ ਕੀਤਾ, ਇਹ ਮੈਂਬਰ ਪਾਰਲੀਮੈਂਟ ਬਣ ਕੇ ਨਹੀਂ ਹੱਲ ਹੋ ਸਕਦਾ, ਇਹ 2022 ਦਾ ਸਵਾਲ ਹੈਗਾ। ਵਾਹਿਗੁਰੂ ਨੇ ਕਿਰਪਾ ਕੀਤੀ, ਲੋਕਾਂ ਨੇ ਕੋਈ ਐਸਾ ਫੈਸਲਾ ਲਿਆ, ਅਕਾਲੀ ਕਾਂਗਰਸ ਤੋਂ ਬਿਨਾਂ ਸਰਕਾਰ ਪੀ ਡੀ ਏ ਦੀ ਬਣਦੀ ਹੈ। ਅਸੀਂ ਪ੍ਰੋਮਿਸ ਕਰਦੇ ਹਾਂ, ਜਿਹੜੇ ਜਹਾਜ਼ਾਂ ਦੇ ਜਹਾਜ਼ ਭਰ ਭਰ ਕੇ ਇੰਟੈਲੀਜੈਂਟ ਬੱਚਿਆਂ ਕੈਨੇਡਾ, ਅਮਰੀਕਾ, ਇੰਗਲੈਂਡ ਜਾ ਰਹੇ ਹਨ, ਉਹ ਸਾਡਾ ਤੁਖਾਂਤ ਹੈ। ਪੰਜਾਬ ਦੇ ਅੰਦਰ ਬੁੱਧੀਮਾਨਤਾ ਦਾ ਕਾਲ ਪੈ ਜਾਏਗਾ, ਉਹਨੂੰ ਰੋਕਣ ਵਾਸਤੇ ਅਸੀਂ ਗੱਪਾਂ ਨਹੀਂ ਮਾਰਾਂਗੇ, ਅਸੀਂ ਗੱਲਾਂ ਦੇ ਨਾਲ ਕੜਾ ਨਹੀਂ ਕਰਾਂਗੇ, ਅਸੀਂ ਇਮਾਨਦਾਰੀ ਨਾਲ ਰਿਸ਼ਵਤਖੋਰੀ ਖਤਮ ਕਰਕੇ ਇਸ ਯੂਥ ਦੀ ਸਪੋਰਟ ਲੈ ਕੇ ਪੰਜਾਬ ਦੇ ਅੰਦਰ ਇੱਕ ਇੱਦਾਂ ਦਾ ਵਾਤਾਵਰਨ ਮਾਹੌਲ ਤਿਆਰ ਕਰਾਂਗੇ ਤਾਂ ਜਿਹੜਾ ਯੂਥ ਅੱਜ ਬਾਹਰ ਜਾਣ ਲਈ ਬੜੀ ਵੱਡੀ ਪੱਧਰ 'ਤੇ ਤਾਂਘ ਰੱਖਦਾ,
ਉਹ ਤਾਂ ਸਮਾਪਤ ਹੋਵੇ ਪੰਜਾਬ ਦੇ ਅੰਦਰ। ਅਸੀਂ ਬੜੀ ਰਿਚ ਸਟੇਟ ਦੇ ਵਾਰਿਸ ਹਾਂ, 16 ਲੱਖ ਕਰੋੜ ਰੁਪਈਆ ਇਕੱਲਾ ਅਸੀਂ ਰਾਜਸਥਾਨ ਤੋਂ ਲੈਣਾ। ਜਿੱਦਣ ਸਾਨੂੰ ਪਾਣੀ ਦੀ ਕੀਮਤ ਮਿਲਣੀ ਸ਼ੁਰੂ ਹੋ ਗਈ, ਜਿਹੜਾ ਯੂਥ ਕੈਨੇਡਾ ਅਮੈਰੀਕਾ 'ਚ ਪੰਜਾਬੀ ਯੂਥ ਬੈਠਾ ਉਹ ਵਾਪਸ ਪੰਜਾਬ ਦੇ ਵਿੱਚ ਆਏਗਾ। ਅਸੀਂ ਪੰਜਾਬ ਦੇ ਹਕੂਕ ਦੀ ਰਾਖੀ ਕਰਾਂਗੇ। ਪੰਜਾਬ ਰਿਚ ਸਟੇਟ ਆ, ਜਿਹੜਾ ਸਾਡੀ ਸਟੇਟ ਦਾ ਨੈਚੁਰਲ ਰਿਸੋਰਸ ਲੁੱਟਿਆ ਜਾ ਰਿਹਾ। ਜਿੱਦਣ ਸਾਨੂੰ ਉਹ ਮਿਲਣ ਲੱਗ ਗਿਆ ਤਾਂ ਸਮਝੋ ਤੁਸੀਂ, ਅਸੀਂ ਇੰਨੇ ਕੁ ਅਮੀਰ ਹੈਗੇ ਹਾਂ ਆਲ ਓਵਰ ਦਾ ਵਰਲਡ, ਸਾਡੀ ਸਟੇਟ ਜਿੰਨਾ ਕੋਈ ਰਿਚ ਹੀ ਨਹੀਂ ਹੋ ਸਕਦਾ। ਬਟ ਉਹ ਹੋਏਗਾ ਉੱਦਣ ਜਿੱਦਣ ਨੈਸ਼ਨਲ ਪਾਰਟੀਆਂ ਦੇ ਗੱਠਜੋੜ ਪੰਜਾਬ ਦੇ ਵਿੱਚੋਂ ਬਾਹਰ ਆਊਟ ਹੋਣਗੇ। ਅਕਾਲੀ ਦਲ ਬੀਜੇਪੀ, ਅਕਾਲੀ ਦਲ ਗੋਦਾ ਪਰਾਂਦਾ ਬਣਿਆ ਹੋਇਆ ਬੀਜੇਪੀ ਦੇ ਨਾਲ, ਨੈਸ਼ਨਲ ਪਾਰਟੀ ਆ, ਕਾਂਗਰਸ ਖੁਦ ਨੈਸ਼ਨਲ ਪਾਰਟੀ ਆ। ਪੰਜਾਬ ਦੇ ਹਕੂਕ ਲੁੱਟ ਕੇ ਰਾਜਸਥਾਨ ਦੀਆਂ ਵੋਟਾਂ ਲੈਣੀਆਂ, ਹਰਿਆਣੇ ਦੇ ਵੋਟਰਾਂ ਦੀਆਂ ਵੋਟਾਂ ਲੈਣੀਆਂ ਪੰਜਾਬ ਦੇ ਹਕੂਕ ਲੁੱਟ ਕੇ, ਇਹ ਉੱਦਣ ਬੰਦ ਹੋਏਗਾ ਜਿੱਦਣ ਪੰਜਾਬ ਦੇ ਅੰਦਰ ਪੰਜਾਬ ਦੀ ਸਟੇਟ ਪਾਰਟੀ ਸੱਤਾ ਦੇ ਵਿੱਚ ਆਏਗੀ। ਔਰ ਜਦ ਇਹ ਪਾਰਟੀ ਸੱਤਾ ਵਿੱਚ ਆਉਣ ਦਾ ਖਾਬ ਦੇਖ ਹੀ ਰਹੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਨਾਲ ਸੋਚਦੇ ਹੋ ਕਿ ਆਪਣੇ ਪੰਜਾਬ ਵਾਸੀਆਂ ਨੂੰ, ਲੁਧਿਆਣਾ ਵਾਸੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬੇਵੈਲਕਮ ਦੇਣੇ ਕਹੂਗਾ ਜ਼ਰੂਰ। ਮੇਰਾ ਗੱਟ ਫੀਲਿੰਗ, ਮੇਰਾ ਵਿਸ਼ਵਾਸ ਹੈਗਾ, ਮੈਂ 2002 ਦੇ ਵਿੱਚ ਰਾਜਨੀਤਿਕ ਸਮਾਜਿਕ ਸੇਵਾ ਦੇ ਸਫ਼ਰ 'ਤੇ ਤੁਰਿਆ ਸੀ। ਮੈਂ ਕਦੇ ਸੁਪਨੇ 'ਚ ਨਹੀਂ ਸੀ ਸੋਚਿਆ 2019 ਪੂਰੇ ਵਰਲਡ 'ਚ ਵੱਸਦਾ ਪੰਜਾਬੀ ਟਰੱਸਟ ਕਰੇਗਾ, ਬਲੈਸਿੰਗ ਦੇਗਾ, ਹੱਲਾਸ਼ੇਰੀਆਂ ਦੇਗਾ। ਸਰਕਾਰ ਆਏਗੀ ਇੱਕ ਦਿਨ, ਵਾਹਿਗੁਰੂ ਦੇ ਘਰੇ ਦੇਰ ਆ ਦੇਰ ਨਹੀਂ ਹੈਗਾ। ਲੋਕ ਜਿੰਨੇ ਉਪੜੇ ਹੋਏ ਹਨ ਰਿਸ਼ਵਤਖੋਰੀ ਤੋਂ, ਇਹ ਹੱਡਾਂ ਦੇ ਵਿੱਚ ਰਿਸ਼ਵਤਖੋਰੀ ਕਾਂਗਰਸ ਬੀਜੇਪੀ ਐਂਡ ਅਕਾਲੀ ਦਲ ਦੇ ਬੜੀ ਹੋਈ ਹੈ। ਲੋਕ ਫੈਸਲਾ ਲੈਣਗੇ ਇੱਕ ਦਿਨ ਨੂੰ ਲਾਜ਼ਮੀ, ਅਕਾਲੀ ਕਾਂਗਰਸ ਬੀਜੇਪੀ ਤੋਂ ਬਿਨਾਂ ਸਰਕਾਰ ਬਣੇਗੀ। ਨਾਇਕ ਫਿਲਮ ਦੇਖੀ ਹੈ ਤੁਸੀਂ, ਅਨਿਲ ਕਪੂਰ ਇੱਕ ਦਿਨ ਲਈ ਮੁੱਖ ਮੰਤਰੀ ਬਣਦਾ, ਤੁਹਾਨੂੰ ਉਹ ਸਰਕਾਰ ਚਲਾ ਕੇ ਦਿਖਾਵਾਂਗੇ ਪੰਜਾਬ ਦੇ ਅੰਦਰ। ਸੋ ਇਸ ਲੋਕ ਸਭਾ ਚੋਣਾਂ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਜੀ, ਜਿਨ੍ਹਾਂ ਨੇ ਬਹੁਤ ਬਹੁਤ ਅੱਛੀਆਂ ਗੱਲਾਂ ਦੱਸੀਆਂ ਕਿਸ ਤਰ੍ਹਾਂ ਨਾਲ ਬਦਲਾਵ ਲਿਆਇਆ ਜਾ ਸਕਦਾ ਹੈ ਔਰ ਯੂਥ ਨੂੰ ਇਹਦੇ ਲਈ ਕੀ ਕਰਨਾ ਚਾਹੀਦਾ ਅਤੇ ਉਹਨਾਂ ਦੇ ਉਪਰਾਲੇ ਜੋ ਹੁਣ ਤੱਕ ਹੋ ਰਹੇ ਨੇ ਉਹ ਅੱਗੇ ਵੀ ਚੱਲਦੇ ਰਹਿਣਗੇ। ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ। ਬੇਈਮਾਨੀ ਦੇ ਵਿਰੁੱਧ ਆਪਣਾ ਵੋਟ ਜ਼ਰੂਰ ਕਾਸਟ ਕਰਿਓ।